ਕਿੱਦਾਂ ਜੀ ਠੀਕ ਹੋ ਹਾਂ ਜੀ ਬਹੁਤ ਬੜੀਆ ਤੁਹਾਡੀਆਂ ਅੱਖਾਂ ਬਹੁਤ ਸੋਹਣੀਆਂ ਹੈ ਥੈਂਕ ਯੂ ਜੀ ਕਿਹੜਾ ਕਲਰ ਹੈ ਗ੍ਰੀਨ 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 ਕਲਰ ਹਾਂ ਜੀ ਹਾਂ ਜੀ ਆਹਾਂ ਉਹ ਮੇਰੇ ਹਸਬੰਡ ਉਹ ਪੰਜਾਬੀ ਸਮਝ ਲੈਂਦੇ ਆ ਜਾਓ ਆ ਜਾਓ ਤੁਸੀਂ ਵੀ ਆ ਜਾਓ ਹੈਗੀ ਜਗ੍ਹਾ ਇੱਧਰ ਨੂੰ ਬਿਠਾ ਦਈਏ ਆਪਾਂ ਆ ਜਾਓ ਆ ਜਾਓ ਹਸਬੰਡ ਆ ਗਏ ਕਹਿੰਦੇ ਇਹਨਾਂ ਨੂੰ ਪੰਜਾਬੀ ਸਮਝ ਆਉਂਦੀ ਤੁਸੀਂ ਕਿੱਦਾਂ ਜੀ ਠੀਕ ਹੋ ਮੈਂ ਵਧੀਆ ਜੀ ਤੁਸੀਂ ਦੋਨੋਂ ਮਿਲ ਕੇ ਹੈਂਡਲ ਕਰ ਲਾਂਗੇ ਨਾ ਆਪਾਂ ਹਨਾ ਹਿੰਦੀ ਔਰ ਪੰਜਾਬੀ ਵਿੱਚ ਮੈਂ ਕੀ ਕਰਨ ਲੱਗੀ ਜਿਹੜਾ ਤੁਸੀਂ ਮੈਨੂੰ ਹੈਂਡਲ ਕਰਨਾ ਹੈ ਆਪ ਇਕੱਲੇ ਪੜ ਗਏ ਨਾ ਆਪਾਂ ਦੋ ਹੋ ਗਏ ਹੁਣ ਮੈਂ ਇਕੱਲੀ ਹੋ ਗਈ ਮੇਰਾ ਕੈਮਰਾਮੈਨ ਵੀ ਹੈਗਾ ਮੇਰੇ ਨਾਲ ਲੋਕੀ ਵੀ ਹੈਗੇ ਜਿਹੜੇ ਦੇਖਦੇ ਪਏ ਓਕੇ ਕਿੱਥੋਂ ਐਸਾ ਮੈਨੂੰ ਕੁਝ ਨਹੀਂ ਕਹਣਾ ਕਿ ਇਤਨੇ ਲੋਕੋ ਕੀ ਜੁੜ ਪੜੇ ਤੁਸੀਂ ਮੈਨੂੰ ਕਿਆ ਹੈਂਡਲ ਕਰੋਗੇ ਮੈਂ ਕੀ ਕਰਨ ਲੱਗੀ ਆ ਚਲੋ ਓਕੇ ਇਹਨਾਂ ਦੀ ਮੈਂ ਕਿਹਾ ਅੱਖਾਂ ਬਹੁਤ ਸੋਹਣੀਆਂ ਤੁਸੀਂ ਕਿੰਨੀ ਵਾਰੀ ਤਾਰੀਫ ਕਰਦੇ ਹੋ ਇਹਨਾਂ ਦੀ ਅੱਖਾਂ ਦੀ ਕਿ ਇੱਕ ਵਾਰੀ ਕਰਤੀ ਬਸ ਨਹੀਂ ਆਖੋ ਵੀ ਵਜੇ ਸਹੀ ਸਾਦੀ ਹੋਈ ਦੀ ਅੱਛਾ ਲਵ ਮੈਰਿਜ ਹੋਈ ਹੈ ਨਹੀਂ ਨਹੀਂ ਅਰੇਂਜ ਹੈ ਤੁਸੀਂ ਅੱਖਾਂ ਕਰਕੇ ਪਸੰਦ ਕਰਦੇ ਹਾਂ ਜੀ ਓਕੇ ਠੀਕ ਹੈ ਖਾਣਾ ਖੁਣਾ ਬਣਾ ਲੈਂਦੇ ਆ ਸਭ ਕੁਝ ਪ੍ਰੋਪਰ ਕਿ ਤੁਹਾਨੂੰ ਆਉਂਦਾ ਥੋੜਾ ਬਹੁਤ ਮੈਂ ਵੀ ਹੈਲਪ ਕਰ ਦਿੰਦਾ ਹਾਂ ਅੱਛਾ ਬਣਾਉਂਦੇ ਆ ਅੱਛਾ ਬਣਾਉਂਦੇ ਆ ਵਧੀਆ ਵੇਲੇ ਪੈ ਕੇ ਖਾਇਆ ਕਰੋ ਤੁਸੀਂ ਓਕੇ ਕੀ ਕਰਦੇ ਹੋ ਤੁਸੀਂ ਮੈਂ ਇਧਰ ਇੰਪਲੋਈਜ਼ ਗਵਰਨਮੈਂਟ ਇੰਪਲੋਈਜ਼ ਤੇ ਤੁਸੀਂ ਮੈਂ ਇੰਜੀਨੀਅਰ ਹਾਂ ਬੈਲਵੇਂ ਓਕੇ ਤੇ ਤੁਸੀਂ ਕਿੱਥੋਂ ਦੇ ਹੋ ਵੈਸੇ ਬੇਸਿਕਲੀ ਤਾਂ ਹਮ ਪਿੱਛੇ ਹਰਿਆਣਾ ਸੇ ਹੈ ਜੀਂਦ ਡਿਸਟ੍ਰਿਕਟ ਸੇ ਤੋ ਅਭੀ ਜਰਕਪੁਰ ਰਹਤੇ ਹੈ ਠੀਕ ਹੈ ਜੀ ਮੈਂ ਨਾ ਤੁਹਾਨੂੰ ਕੁਝ ਕੁ ਸਵਾਲ ਪੁੱਛਣੇ ਆ ਤੁਸੀਂ ਉਹਨਾਂ ਦੇ ਗੈਸ ਮਾਰਨੇ ਆ ਠੀਕ ਹੈ ਊਂਠ ਕਿੰਨੀ ਦੇਰ ਤੱਕ ਬਿਨਾਂ ਪਾਣੀ ਪੀਤੇ ਰਹਿ ਸਕਦਾ ਕਿੰਨੇ ਦਿਨਾਂ ਤੱਕ ਊਂਠ ਕਾਫੀ ਟਾਈਮ ਨਹੀਂ ਰਹਿ ਸਕਦਾ 1 ਸਾਲ ਤੱਕ 1 ਸਾਲ ਹੁਣ ਤੁਸੀਂ ਦੱਸੋ ਅਰਾਊਂਡ 3 ਮੰਥਸ 3 ਮੰਥਸ ਤੇ ਤੁਸੀਂ 1 ਇਅਰ ਕਿਹਾ 1 ਇਅਰ ਓਕੇ ਠੀਕ ਹੈ ਮੇਰਾ ਸੈਕਿੰਡ ਕੁਐਸਚਨ ਆ ਲੀਚੀ ਤਾਂ ਖਾਧੀ ਆ ਨਾ ਸਭ ਨੇ ਲੀਚੀ ਦਾ ਸਭ ਤੋਂ ਵੱਧ ਉਤਪਾਦਨ ਕਿਹੜੇ ਦੇਸ਼ ਹੁੰਦਾ ਕਿਹੜੇ ਦੇਸ਼ 'ਚ ਪ੍ਰੋਡਿਊਸ ਜ਼ਿਆਦਾ ਲੀਚੀ ਹੁੰਦੀ ਆ ਕੌਣ ਸੇ ਦੇਸ਼ ਮੇ ਹਾਂ ਦੇਸ਼ ਕੰਟਰੀ ਸਭ ਤੋਂ ਵੱਧ ਹੁੰਦੀ ਲੀਚੀ ਲੀਚੀ ਦੀ ਇਧਰ ਦਾ ਪਤਾ ਉੱਤਰਾਖੰਡ ਵਿੱਚ ਇੰਡੀਆ ਦਾ ਇੰਡੀਆ ਦਾ ਪੁੱਛ ਲਓ ਨਾ ਆਪ ਇੰਡੀਆ ਆਨਸਰ ਦੱਸੋ ਹੁਣ ਆਪਸ਼ਨ ਦਾ ਮਾ ਹਾਂ ਦੋ ਦੋ ਚਲੋ ਠੀਕ ਹੈ ਇਹਦੇ ਲਈ ਤੁਹਾਡੀ ਆਪਸ਼ਨ ਹੈਗੀ ਆ ਜੀ ਇੰਡੀਆ ਨੇਪਾਲ ਰੂਸ ਜਾਂ ਚਾਈਨਾ ਰੂਸ ਆਈ ਥਿੰਕ ਚਾਈਨਾ ਚਾਈਨਾ ਓਕੇ ਠੀਕ ਹੈ ਮੇਰਾ ਲਾਸਟ ਕੁਐਸਚਨ ਆ ਵੈਸੇ ਐਨੀਮਲ ਲਵਰ ਹੈਗੇ ਹੋ ਤੁਸੀਂ ਹਾਂਜੀ ਹਾਂਜੀ ਥੈਂਕ ਯੂ ਹੈ ਇਤਨਾ ਨਹੀਂ ਹੈ ਇਤਨਾ ਨਹੀਂ ਚਲੋ ਵੈਸੇ ਨਾਰਮਲੀ ਕੁਐਸਚਨ ਆ ਕਿਹੜੇ ਜਾਨਵਰ ਨੂੰ ਸਭ ਤੋਂ ਵੱਧ ਗੁੱਸਾ ਆਉਂਦਾ ਹੈ ਵੈਸੇ ਤਾਂ ਜਾਨਵਰਾਂ ਨੂੰ ਆਉਂਦਾ ਗੁੱਸਾ ਕਿਹਨੂੰ ਸਭ ਤੋਂ ਵੱਧ ਗੁੱਸਾ ਆਉਂਦਾ ਓਕੇ ਆਪਸ਼ਨ ਇਹਨਾਂ ਨੂੰ ਪਤਾ ਮੇਰੇ ਕੋਲ ਆਪਸ਼ਨ ਹੈਗੀ ਹਾਥੀ ਬੱਕਰੀ ਸ਼ੇਰ ਜਾਂ ਭੇੜੀਆ ਭੇੜੀਏ ਕੋ ਸ਼ੇਰ ਕੋ ਸ਼ੇਰ ਕੋ ਚਲੋ ਤਿੰਨ ਹੀ ਸੀਗੇ ਮੇਰੇ ਕੁਐਸਚਨ ਤੁਸੀਂ ਕੋਈ ਆਨਸਰ ਤਾਂ ਨਹੀਂ ਚੇਂਜ ਕਰਨਾ ਕਿਹਦਾ ਇਹ ਬੋਲਣਾ ਸੀਗਾ ਮੈਂ ਨਹੀਂ ਨਹੀਂ ਫਾਈਨਲ ਹੈ ਹਾਂ ਕੀ ਮਿਲਨੇ ਵਾਲਾ ਕੇਬੀਸੀ ਖੇਲ ਰਹੇ ਨਹੀਂ ਗੱਲ ਹੀ ਨਹੀਂ ਕੇਬੀਸੀ ਵੀ ਨਹੀਂ ਹੈਗਾ ਕੁਝ ਮਿਲਣਾ ਵੀ ਨਹੀਂ ਹੋ